ਅਮਰੀਕਾ 'ਚ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ 'ਚ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਅਸੀਂ ਪੰਜਾਬ ਦੇ ਵਿੱਚ ਗੈਂਗਸਟਰ ਵਾਰ ਨੂੰ ਲੈ ਕੇ ਦੋ ਪੜਾਅ ਦੀ ਚਰਚਾ ਕਰ ਰਹੇ ਹਾਂ। ਜਿੱਦਾਂ ਪਹਿਲੇ ਪੜਾਅ ਦੀ ਚਰਚਾ 'ਚ ਮੇਰੇ ਨਾਲ ਮਹਿਮਾਨ ਜੁੜੇ ਸੀ, ਦੂਜੇ ਪੜਾਅ ਦੀ ਚਰਚਾ 'ਚ ਮੈਂ ਉਹਨਾਂ ਹੀ ਮਹਿਮਾਨਾਂ ਦੇ ਲਈ ਸੁਰਿੰਦਰ ਸਿੰਘ ਜੀ, ਦੀਪਾ ਜੀ, ਤਲੋਚਨ ਜੀ ਤਿੰਨਾਂ ਹੀ ਮਹਿਮਾਨਾਂ ਨੂੰ ਮੁੜ ਜੀ ਐਂ ਆਖਦਾ। ਉਹ ਮੁੱਦੇ ਜਿਹੜੇ ਅਸੀਂ ਪਹਿਲੇ ਪੜਾਅ ਦੀ ਚਰਚਾ 'ਚ ਨਹੀਂ ਲੈ ਸਕੇ, ਹੁਣ ਦੂਜੇ ਪੜਾਅ ਦੀ ਚਰਚਾ 'ਚ ਆਪਣੇ ਮਹਿਮਾਨਾਂ ਦੇ ਨਾਲ ਸਾਂਝੇ ਕਰਾਂਗੇ। ਦੀਪਾ ਜੀ, ਖਾਸ ਤੌਰ 'ਤੇ ਜਦੋਂ ਆਪਾਂ ਗੱਲ ਕਰਦੇ ਹਾਂ, ਕਈ ਵਾਰ ਇਹ ਵੀ ਇੱਕ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਜ ਵਿਰੋਧੀ ਤੱਤ ਹੈਗੇ ਆ, ਪੋਲੀਟੀਕਲ ਪਾਰਟੀਆਂ ਜਾਂ ਉਹਨਾਂ ਦੇ ਨੇਤਾ ਜਦੋਂ ਪੁਸ਼ਤ ਪਨਾਹੀ ਕਰਦੇ ਆ, ਪੰਜਾਬ 'ਚ 2017 ਦੀਆਂ ਇਲੈਕਸ਼ਨ ਵੀ ਸਾਹਮਣੇ ਆ, ਕੀ ਲੱਗਦਾ ਕਿ ਕਿਤੇ ਇਹਨਾਂ ਦੇ ਗਰੁੱਪਾਂ ਦਾ ਉਹਨਾਂ ਇਲੈਕਸ਼ਨਾਂ 'ਚ ਵੀ ਕੋਈ ਰੋਲ ਹੋ ਸਕਦਾ ਹੈ ਜਾਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਇਸਤੇਮਾਲ ਕਰ ਸਕਦੀਆਂ? ਸਿੱਧੂ ਸਾਹਿਬ, ਇਹ ਜਿਹੜਾ ਸੀ ਨਾ ਦੌਰ, ਇਹ ਸਮਝਦਾ ਪਹਿਲਾਂ ਬਹੁਤ ਜ਼ਿਆਦਾ ਸੀ ਜਦੋਂ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਯੂਜ਼ ਵੀ ਕਰਦੀਆਂ ਸੀ ਔਰ ਇਹਨਾਂ ਕਰਕੇ ਰਿਜ਼ਲਟ 'ਤੇ ਫਰਕ ਵੀ ਪੈਂਦਾ ਸੀ ਔਰ ਵਾਕਈ ਗੈਂਗਸਟਰ ਜਿਹੜੇ ਹੁੰਦੇ ਸੀ ਇਲੈਕਸ਼ਨ ਲੜ ਵੀ ਲੈਂਦੇ ਸੀ, ਜੇਲ੍ਹਾਂ 'ਚ ਵੀ ਹੁੰਦੇ ਸੀ, ਜਿੱਤ ਵੀ ਜਾਂਦੇ ਸੀ ਜਾਂ MP ਵੀ ਬਣ ਜਾਂਦੇ ਸੀ। ਪਰ ਮੈਂ ਸਮਝਦਾ ਪਿਛਲੇ  10-15 ਸਾਲਾਂ ਤੋਂ, 20 ਸਾਲਾਂ ਤੋਂ ਇਹ ਦੌਰ ਘਟਿਆ। ਉਹ ਜਿਹਾ ਨੂੰ ਲੋਕ ਪਸੰਦ ਵੀ ਨਹੀਂ ਕਰਦੇ, ਉਸ ਡਰ ਦੇ ਨਾਲ ਵੋਟਾਂ ਵੀ ਨਹੀਂ ਪਾਉਂਦੇ। ਕੁਛ ਇਲੈਕਸ਼ਨ ਕਮਿਸ਼ਨ ਨੇ ਵੀ ਬਹੁਤ ਜ਼ਿਆਦਾ ਚੇਂਜਿਸ ਲਿਆਂਦੀਆਂ ਜਿਹਦੇ ਨਾਲ ਕਾਫੀ ਕੁਛ ਚੇਂਜ ਹੋਇਆ, ਤਾਂ ਇਹਨਾਂ ਦਾ ਰੋਲ ਉਵੇਂ ਸਿੱਧੇ ਅਤੇ ਸਿੱਧੇ ਢੰਗ ਨਾਲ ਘਟਿਆ। ਓਕੇ ਦੀਪੇ ਜੀ, ਮੈਂ ਇਸ ਗੱਲ ਦੇ ਉੱਤੇ ਤੁਹਾਨੂੰ ਟੋਕ ਕੇ ਕਹਿਣਾ ਚਾਹਾਂਗਾ, ਅਸੀਂ ਕਿਸੇ ਦੇ ਵਿਅਕਤੀ ਤੌਰ 'ਤੇ ਕੋਈ ਲਾਂਛਨ ਜਾਂ ਉਹਦੇ 'ਤੇ ਐਲੀਗੇਸ਼ਨ ਦੀ ਗੱਲ ਨਹੀਂ ਹੈਗੀ। ਜਿਸ ਤਰ੍ਹਾਂ ਰੌਕੀ ਦੇ ਮਰਡਰ ਦੀ ਗੱਲ ਆਈ ਹੈ, ਉਹਨੇ ਪਹਿਲਾਂ BJP ਦੇ ਖਿਲਾਫ ਇਲੈਕਸ਼ਨ ਲੜੀ ਤਾਂ ਅੱਛੀਆਂ ਖਾਸੀਆਂ ਵੋਟਾਂ ਲੈ ਕੇ ਗਿਆ ਕਿਉਂਕਿ ਇਹਨੇ ਇੱਕ ਆਪਣਾ ਸਮਾਜਿਕ ਫੇਸ ਵੀ ਬਣਾਇਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਦੇ ਅੰਤਿਮ ਰਸਮਾਂ 'ਤੇ ਵੀ ਵੱਡੀ ਗਿਣਤੀ 'ਚ ਪਹੁੰਚੇ, ਕਿਤੇ ਲੱਗਦਾ ਨਹੀਂ ਕਿ ਸਮਾਜਿਕ ਤੌਰ 'ਤੇ ਵੀ ਇੱਦਾਂ ਦੇ ਜਿਹੜੇ ਆਂਸਰ ਹੈ ਉਹਨਾਂ ਲੋਕਾਂ ਨੂੰ ਜਿਹੜੀ ਹੈਗੀ ਆ ਮਾਨਤਾ ਮਿਲ ਰਹੀ ਹੈ? ਨਹੀਂ, ਜੇ ਕੋਈ ਵੀ ਚਲੋ ਗੈਂਗਸਟਰ ਇਸ ਜਿਹਾ ਕੋਈ ਹੈਗਾ, ਜੇ ਆਪਦੀ ਕੌਨਸ਼ੀਅੰਸੀ 'ਚ ਚੰਗੇ ਕੰਮ ਕਰ ਰਿਹਾ, ਮਤਲਬ ਗਰੀਬ ਦੀ ਮਦਦ ਕਰ ਰਿਹਾ, ਜਿਹਦੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖੜਦਾ, ਉਹਨੂੰ ਇਨਸਾਫ ਦਵਾਉਂਦਾ, ਤਾਂ ਉਹ ਜਿਹੜੇ ਗਰੀਬ ਨੂੰ ਇਨਸਾਫ ਮਿਲਦਾ ਉਹਦੇ ਲਈ ਸਮਰਪਿਤ ਹੁੰਦਾ ਕਿ ਯਾਰ ਜੋ ਵੀ ਹੈ ਮੇਰੇ ਲਈ ਤਾਂ ਚੰਗਾ, ਕਿਸੇ ਪਾਸੇ ਮਾੜਾ ਕਰਦਾ, ਕੋਈ ਲੁੱਟ ਖੋ ਕਰਦਾ, ਮੈਨੂੰ ਕੁਝ ਨਹੀਂ, ਪਰ ਸਾਡੇ ਹਲਕੇ ਲਈ, ਸਾਡੇ ਪਿੰਡ ਲਈ ਇਹ ਇਨਸਾਫ ਦੀ ਗੱਲ ਕਰਦਾ, ਸੱਚਾਈ ਦੀ ਗੱਲ ਕਰਦਾ। ਔਰ ਐਸੇ ਦੀਪਾ ਜੀ, ਮੈਂ ਵਿੱਚੋਂ ਟੋਕ ਕੇ ਕਹਿ ਰਿਹਾ ਕਿ ਇਹੀ ਵਜ੍ਹਾ ਹੈਗੀ ਹੈ ਕਿ ਅਸੈਂਬਲੀਆਂ ਦੇ ਅੰਦਰ, ਪਾਰਲੀਮੈਂਟਾਂ ਦੇ ਅੰਦਰ ਜਿਹੜੇ ਹੈਗੇ ਆ ਇੱਦਾਂ ਦੇ ਜਿਹੜੇ ਹੈਗੇ ਆ ਦੋਸ਼ੀ ਜਾਂ ਜਿਹੜੇ ਹੈਗੇ ਆ ਅਪਰਾਧੀ ਜਿਹੜੇ ਹੈਗੇ ਆ ਉਹ ਨੇਤਾ ਪਹੁੰਚ ਜਾਂਦੇ ਆ। ਵਜ੍ਹਾ ਤਾਂ ਇਹੀ ਹੁੰਦੀ ਆ, ਜਿਤਾਉਂਦੇ ਲੋਕ ਹੀ ਨੇ। ਨਹੀਂ ਬਿਲਕੁਲ, ਜੇ ਤਾਂ ਦੇਖੋ ਉਹਦਾ ਇਹੋ ਜਿਹਾ ਇਮੇਜ ਹੈਗਾ, ਬਿਲਕੁਲ ਠੀਕ ਗੱਲ ਕੀਤੀ। ਰੋਕੀ ਨੂੰ ਪਿਛਲੀ ਵਾਰੀ ਫਾਜ਼ਿਲਕਾ ਤੋਂ ਬੜੀਆਂ ਅੱਛੀਆਂ ਵੋਟਾਂ ਮਿਲੀਆਂ। ਇਹ ਵੀ ਕਈ ਵਾਰੀ ਡਿਪੈਂਡ ਕਰਦਾ ਕਿ ਜਿਹੜਾ ਸਿਟਿੰਗ ਹੈ ਉਹਦਾ ਇੰਨਾ ਵਿਰੋਧ ਹੁੰਦਾ ਅਤੇ ਲੋਕਾਂ ਨੇ ਉਹਦੇ ਖਿਲਾਫ਼ ਵੋਟ ਕਿਸੇ ਨੂੰ ਪਾਣੀ ਹੁੰਦੀ ਹੈ, ਇਸ ਵਾਸਤੇ ਹੀ ਵੋਟਾਂ ਪੈ ਜਾਂਦੀਆਂ। ਪਰ ਮੈਂ ਸਮਝਦਾ ਕਿ ਐਸੇ ਜੋ ਜਿਨ੍ਹਾਂ ਦਾ ਬੈਕਗਰਾਊਂਡ ਐਸੇ ਹੋਵੇ, ਮਾੜੀ ਹੋਵੇ, ਉਹਨੂੰ ਲੋਕ ਪਸੰਦ ਨਹੀਂ ਕਰਨਗੇ ਕਿ ਇਹੋ ਜਿਹਾ ਆਦਮੀ ਅੱਗੇ ਜਾਵੇ। ਡਰ ਨਾਲ ਵੋਟਾਂ ਪੈਣ ਵਾਲਾ ਕੰਮ ਨਹੀਂ ਹੈਗਾ। ਜੀ ਜੀ, ਤਲੋਚਨ ਜੀ, ਇਸ ਮੁੱਦੇ 'ਤੇ ਤੁਸੀਂ ਬੀਇੰਗ ਏ ਜਰਨਲਿਸਟ ਕਿਵੇਂ ਦੇਖਦੇ ਹੋ? ਕਿਉਂਕਿ 2017 ਦੀਆਂ ਇਲੈਕਸ਼ਨ ਵੀ ਸਾਡੇ ਸਾਹਮਣੇ ਹੈਗੀਆਂ, ਇੱਦਾਂ ਦਾ ਜਿਹੜਾ ਐਲੀਮੈਂਟ ਪੰਜਾਬ ਦੇ, ਜਿੱਦਾਂ ਤੁਸੀਂ ਖੁਦ ਦੱਸਿਆ ਕਿ ਇੰਨੇ ਗਰੁੱਪ ਇਸ ਵੇਲੇ ਕੰਮ ਕਰ ਰਹੇ ਹੈ, ਉਹ ਆਖਿਰਕਾਰ ਕਿਤੇ ਨਾ ਕਿਸੇ ਦੀ ਪੁਸ਼ਤ ਪਨਾਹੀ ਦੇ ਨਾਲ ਹੀ ਲੱਗੇ ਹੈ, ਲੱਗਦਾ ਨਹੀਂ ਕਿ ਜਦੋਂ ਮੌਕਾ ਆਏਗਾ ਉਹ ਆਪਣਾ ਜਿਹੜਾ ਹੈਗਾ ਮੁੱਲ ਚੁਕਾਉਣਗੇ? ਸਿੱਧੂ ਸਾਹਿਬ, ਪਿੰਡ ਪੱਧਰ ਤੋਂ ਲੈ ਕੇ ਉੱਪਰ ਤੱਕ ਪਿਛਲੇ ਸਮੇਂ 'ਚ ਇੱਕ ਇੱਦਾਂ ਦਾ ਗੁੰਡਾ ਅਨਸਰ ਜਿਹੜਾ ਕੁੜਤੇ ਪਜਾਮੇ ਪਾ ਕੇ ਘੁੰਮਦਾ, ਜਿਹੜਾ ਆਪਾਂ ਆਪਣੇ ਫੀਲਡ 'ਚ ਆਪਣੇ ਆਪ ਨੂੰ ਹੀਰੋ ਕਹਿੰਦਾ, ਇੱਕ ਵਰਗ ਪੈਦਾ ਹੋ ਗਿਆ। ਇੱਕ ਤਾਂ ਉਹਦੇ ਨਾਲ ਜਿਹੜੀ ਮੰਡੀੜ ਜੁੜੀ ਹੈ, ਵਿਹਲੇ ਮੁੰਡੇ ਜੁੜੇ ਨੇ, ਉਹਦੇ ਵੋਟਰ ਬਣ ਗਏ, ਸਪੋਰਟਰ ਬਣ ਗਏ। ਉਸ ਤੋਂ ਬਾਅਦ ਜਦੋਂ ਆਮ ਇਲੈਕਸ਼ਨ 'ਚ ਦੇਖਿਆ, ਮੈਂ ਕਹਿੰਦਾ ਚੰਡੀਗੜ੍ਹ ਦੀ ਇਲੈਕਸ਼ਨ 'ਚ ਇਹੀ ਦੇਖਿਆ ਸੀ, ਉਹ ਇੱਦਾਂ ਦੇ ਗਰੁੱਪ ਹੁੰਦੇ ਆ ਜਿਹਨਾਂ ਨੂੰ ਪੋਲੀਟੀਕਲ ਲੀਡਰ ਜਿਹੜੇ ਨੇ ਨਾ ਉਹ ਧੌਂਸਲੀ ਵਰਤਦੇ ਆ ਵੀ ਤੁਸੀਂ ਕਰਨਾ ਕੁਛ ਨਹੀਂ, ਆ ਕੇ ਬਾਹਾਂ ਚੱਕ ਕੇ ਖੜ੍ਹ ਜਾਣਾ ਸਾਡੀ ਰੈਲੀ 'ਚ ਆ ਕੇ, ਹਾਂ ਵੀ ਖੜ੍ਹ ਜਾਣਾ ਪਤਾ ਲੱਗੇ। ਸੋ ਇਹ ਇਹ ਕਲਚਰ ਤਾਂ ਕਿਤੇ ਨਾ ਕਿਤੇ ਪੈਦਾ ਹੋ ਗਿਆ। ਪਰ ਮੈਂ ਉਹ ਬੜੀ ਜ਼ਰੂਰੀ ਗੱਲ ਮਿਸ ਨਾ ਕਰਦੀ ਹਾਂ, ਜਿਵੇਂ ਦੀਪਾ ਜੀ ਨੇ ਗੱਲ ਕੋਈ ਮੋਟਰਸਾਈਕਲ ਦੀ ਸੁਣਾਈ ਹੈ, ਇਹ 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 ਡਿਵੈਲਪ ਕਿੱਥੋਂ ਹੁੰਦੇ ਨੇ? ਇਹ ਜਿਹੜੇ ਪੰਜਾਬ ਦੇ SHO ਨੇ ਸਾਰੇ ਥਾਣਿਆਂ ਦੇ, ਉਹਨਾਂ 'ਚ ਕਈ ਬਹੁਤ ਠੀਕ ਵੀ ਹੋ ਸਕਦੇ ਆ, ਬਿਲਕੁਲ ਉਹ ਆਪਣੀ ਕੁਰਸੀ ਬਚਾਉਣ ਲਈ ਸਿੱਧੂ ਸਾਹਿਬ ਜਦੋਂ FIR ਰਜਿਸਟਰਡ ਨਹੀਂ ਕਰਦੇ, ਕੇਸ ਰਿਪੋਰਟ ਨਹੀਂ ਕਰਦੇ, ਅਤੇ ਉਸ ਤੋਂ ਬਾਅਦ ਜਿਹੜਾ ਛੋਟਾ ਕ੍ਰਾਈਮ ਕਰਦਾ, ਮੈਂ ਅੱਜ ਵੀ ਗੱਲ ਕੀਤੀ ਸੀ DGP ਸਾਹਿਬ ਨੂੰ ਵੀ ਅਸੀਂ ਹੀਨੀਅਸ ਕ੍ਰਾਈਮ ਦੀ ਗੱਲ ਕਰ ਲੈਂਦੇ ਹਾਂ, ਇੰਨੇ ਗੈਂਗ ਬਣ ਗਏ, ਰੌਕੀ ਦਾ ਮਰਡਰ ਹੋ ਗਿਆ, ਫਲਾਣੇ ਦੀ ਕਿਡਨੈਪਿੰਗ ਹੋ ਗਈ, ਪਰ ਦੀਪਾ ਜੀ ਸਭ ਤੋਂ ਵੱਧ ਜੇ ਪੰਜਾਬ ਦੇ ਲੋਕ ਪਰੇਸ਼ਾਨ ਨੇ, ਸਟਰੀਟ ਕ੍ਰਾਈਮ ਤੋਂ ਪਰੇਸ਼ਾਨ ਨੇ। ਓਕੇ, ਸਾਡੀ ਭੈਣ ਧੀ ਸੜਕ 'ਤੇ ਨਿਕਲੀ, ਚੇਨੀ ਖੋ ਕੇ ਭੱਜ ਗਏ, ਸਾਡੇ ਘਰ ਸੰਨ ਲਾ ਕੇ ਚੋਰੀ ਹੋ ਗਈ, ਹੁੰਦਾ ਕੀ ਹੈ? ਪੁਲਿਸ ਇਹ ਕੇਸ ਰਜਿਸਟਰਡ ਨਹੀਂ ਕਰਦੀ, ਤੇਰੀ ਚੇਨ ਖੋਈ ਹੈ ਜਾਂ ਬਿੱਲ ਲੈ ਕੇ ਆ,
ਕਿੰਨੇ ਦੀ ਸੀ, ਚਾਰ ਦਿਨ ਰੁਕ ਜਾ, ਚੋਰੀ ਹੋਈ ਹੈ, ਮੋਬਾਈਲ ਚੋਰੀ ਹੋਇਆ ਤੇਰਾ, ਬਿੱਲ ਲੈ ਕੇ ਆ, ਇਹਦਾ ਫਲਾਣਾ ਨੰਬਰ ਲੈ ਕੇ ਆ, ਉਲਝਾ ਦਿੰਦੇ ਨੇ। ਉਲਝਾਉਣ ਦਾ ਕਾਰਨ ਇਹ ਹੁੰਦਾ ਹੈ ਕੰਸਰਨਡ SHO ਜਾਂ ਚੌਂਕੀ ਇੰਚਾਰਜ ਜਿਹੜਾ ਹੁੰਦਾ ਹੈ, ਉਹ ਆਪਣੇ ਏਰੀਏ ਦੇ ਕ੍ਰਾਈਮ ਲੁਕਾਉਣ ਲਈ FIR ਘੱਟ ਰਜਿਸਟਰਡ ਕਰਦਾ, ਉੱਪਰ ਇਹ ਗੱਲ ਕਹਿਣ ਲਈ ਵੀ ਮੇਰੇ ਤਾਂ ਏਰੀਏ 'ਚ ਕ੍ਰਾਈਮ ਹੈ ਹੀ ਨਹੀਂ। ਜਿਹੜਾ ਕ੍ਰਾਈਮ ਕਰਦਾ, ਜਿਹਨੇ ਸਨੈਚਿੰਗ ਕਰ ਲਈਆਂ, ਦੋ ਸਨੈਚਿੰਗ ਕਰ ਲਈਆਂ, ਉੱਤੇ ਪਰਚਾ ਹੀ ਨਹੀਂ ਹੋਇਆ, ਉਹ ਫਿਰ ਗੈਂਗਸਟਰ ਵੱਲ ਵਧੇਗਾ, ਉਹਨੂੰ ਉਤਸ਼ਾਹ ਮਿਲੂਗਾ ਵੀ ਜੇ ਚੇਨੀਆਂ ਦੁੱਖ ਹੋ ਕੇ ਕੁਛ ਨਹੀਂ ਹੋਇਆ ਤਾਂ ਕੱਲ੍ਹ ਨੂੰ ਮੈਂ ਬੈਂਕ 'ਚ ਡਾਕਾ ਮਾਰ ਲਾਂ, ਕਿਤੇ ATM ਨੂੰ ਤੋੜਾਂ। ਸੋ ਇਹ ਜਿਹੜਾ ਸਿਸਟਮ ਪੁਲਿਸ ਦਾ ਕ੍ਰਾਈਮ ਤੋਂ ਅੱਖਾਂ ਮੀਟਣੀ ਜ਼ਿੰਮੇਵਾਰੀ ਬਣਦੀ ਹੈ, ਕ੍ਰਾਈਮ ਤੋਂ ਅੱਖਾਂ ਮੀਟਣੀਆਂ ਜਿਹੜੀਆਂ ਨੇ ਨਾ, ਇਹ ਨਹੀਂ ਕਹਿ ਸਕਦੇ ਨਾਰ ਲਿਆ, ਇਹ ਕਨਸੈਪਟ ਚੇਂਜ ਹੋ ਗਿਆ। ਅੱਗੇ ਕੀ ਹੁੰਦਾ ਵੀ ਥਾਣੇਦਾਰ ਨੇ ਚਾਰ ਚੋਰ ਪਾਲੇ ਆ, ਹੁਣ ਪੁਲਿਸ ਕੋਲ ਕਮਾਈ ਦੇ ਬਹੁਤ ਵੱਡੇ ਸਾਧਨ ਹੋ ਗਏ, ਚੋਰ ਨਹੀਂ ਪਾਲਦੇ ਹੁਣ, ਚੋਰਾਂ ਨੂੰ ਲੁਕਾਉਂਦੇ ਆ, ਸਨੈਚਰ ਨੂੰ ਲੁਕਾਉਂਦੇ ਆ, ਆਪਣੀਆਂ ਜਿਹੜੀਆਂ ਕਿਤਾਬਾਂ ਖਾਲੀ ਰੱਖਦੇ ਆ। ਓਕੇ ਓਕੇ, ਤਰਲੋਚਨ ਸਿੰਘ ਜੀ, ਮੈਂ ਸਾਰੇ ਪੋਲੀਟੀਸ਼ੀਅਨ ਜਾਂ ਸਾਰੇ ਪੁਲਿਸ ਵਾਲਿਆਂ ਦੇ ਜਿੱਦਾਂ ਤੁਸੀਂ ਗੱਲ ਕਰਦੇ ਇੱਕੋ ਜਿਹਾ ਲੈਵਲ ਨਹੀਂ ਲਾਉਂਦੇ, ਕਿ ਲੱਗਦਾ ਨਹੀਂ ਕਿ ਜਿੱਦਾਂ ਪੋਲੀਟੀਸ਼ੀਅਨ ਨੇ ਵੀ ਆਪਣੇ ਢੰਗ ਤਰੀਕੇ ਬਦਲ ਲਏ ਆ, ਹੁਣ ਉਹ ਸ਼ਾਇਦ ਬਦਲੀਆਂ ਦੇ ਪੈਸੇ ਨਹੀਂ ਲੈਂਦੇ? ਬਿਲਕੁਲ ਇਸੇ ਤਰੀਕੇ ਨਾਲ ਸ਼ਾਇਦ ਪੁਲਿਸ ਵਾਲਿਆਂ ਨੇ ਵੀ ਆਪਣੇ ਢੰਗ ਤਰੀਕੇ ਬਦਲ ਲਏ। ਬਿਲਕੁਲ ਬਦਲੇ ਜੀ, ਇਹ ਜਿਹੜੇ ਇਹਨਾਂ ਕੇਸ ਰਜਿਸਟਰ ਨਾ ਕਰਕੇ ਤਾਂ ਆਪਣੀ ਕੁਰਸੀ ਬਚਾਉਂਦੇ ਆ। ਸਿੱਧੂ ਸਾਹਿਬ, ਮੈਂ ਤਾਂ ਕਹਿੰਦਾ ਹੁੰਦਾ, ਮੈਂ ਕ੍ਰਾਈਮ ਕਰ ਰਿਹਾ 13 ਸਾਲਾਂ ਤੋਂ ਕਵਰ ਆ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਜਦੋਂ ਤੁਸੀਂ ਬਾਂਹ ਮਰੋੜ ਕੇ ਪੈਸੇ ਲੈਂਦੇ ਨੇ ਨਾ, ਤਾਂ CBI ਆ ਕੇ ਤੁਹਾਨੂੰ ਧੌਣ ਤੋਂ ਫੜਦੀ ਹੈ, ਲੋਕ ਤਾਂ ਖੁਸ਼ੀ ਨਾਲ ਬੜੇ ਪੈਸੇ ਦਿੰਦੇ। ਓਕੇ ਓਕੇ ਜੀ ਜੀ, ਤੁਹਾਨੂੰ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ ਜਿਹੜਾ। ਸਤਿੰਦਰ ਜੀ, ਇਸ ਮੁੱਦੇ 'ਤੇ ਜਿਹੜਾ ਪੁਲਿਸ ਦਾ ਇਹਨਾਂ ਨੇ ਮਾਮਲਾ ਉਠਾਇਆ, ਇੱਕ ਇਹ ਵੀ ਗੱਲ ਨਾਲ ਆਉਂਦੀ ਹੈ ਕਿ ਪੁਲਿਸ ਦੀ ਖਾਸ ਤੌਰ 'ਤੇ ਜਦੋਂ ਪੈਟਰਨਾਈਜ਼ ਕੀਤਾ ਜਾਂਦਾ ਕਿ ਥਾਣੇ ਕਿਹਨੂੰ ਦੇਣੇ ਆ ਜਾਂ ਲੱਖ ਇੰਚਾਰਜ ਜਾਂ MLA, ਉਹ ਕਹਿੰਦੇ ਕਿ ਇਹੀ SHO ਹੋਣਾ ਚਾਹੀਦਾ, ਉਸੇ ਹਿਸਾਬ ਦੇ ਨਾਲ ਜਿਹੜਾ ਸਾਰਾ ਕੁਝ ਕੀਤਾ ਜਾਂਦਾ, ਅਤੇ SHO ਕਿਸੇ ਅੱਗੇ ਜਵਾਬਦੇਹੀ ਨਹੀਂ ਹੈ। SHO ਅੱਜ ਦਾ ਨਹੀਂ ਜੀ, ਬੜੇ ਲੰਬੇ ਸਮੇਂ ਦਾ SHO ਕੇਵਲ ਅਤੇ ਕੇਵਲ ਹਲਕਾ ਇੰਚਾਰਜ ਅਤੇ MLA ਨੂੰ ਹੀ ਜਵਾਬਦੇਹ ਆ, ਹੋਰ ਕਿਸੇ ਨੂੰ ਜਵਾਬਦੇਹ ਨਹੀਂ। ਦੂਜੀ ਤਰਲੋਚਨ ਜੀ ਵਾਲੀ ਗੱਲ 'ਚ ਇੱਕ 'ਚ ਮੈਂ ਹੋਰ ਵਾਧਾ ਕਰਦਿਆਂ ਕਿ ਬਹੁਤਾ ਕੀ ਹੁੰਦਾ ਕਿ ਚੋਰੀ ਹੋ ਜਾਂਦੀ ਹੈ, ਲੋਕ ਕਹਿੰਦੇ ਯਾਰ ਚੋਰੀ ਹੈ, ਜੇ ਪਰਚਾ ਦਰਜ ਕਰਾਉਣ ਗਏ ਨਾ ਅਤੇ ਸਭ ਤੋਂ ਵੱਡੀ ਪ੍ਰੋਬਲਮ ਕਿ ਪੁਲਿਸ ਆਏਗੀ, ਸਾਡੇ ਨੌਕਰਾਂ ਨੂੰ ਦਬਕੇ ਮਾਰੇਗੀ, ਨੌਕਰ ਭੱਜ ਜਾਣਗੇ, ਸਾਡਾ ਕੰਮ ਬੰਦ ਹੋ ਜੂ, ਲੋਕ ਵੀ ਪਿੱਛੇ ਹਟ ਗਏ ਜੀ। ਇੱਕ ਤਾਂ ਪੁਲਿਸ FIR ਲੌਜ ਨਹੀਂ ਕਰਦੀ, ਇੱਕ ਇੱਕ ਲੋਕ ਕਰਾਉਣ ਹੀ ਨਹੀਂ ਜਾਂਦੇ, ਸਮਾਜਿਕ ਤੌਰ 'ਤੇ ਵੀ ਜ਼ਿੰਮੇਵਾਰੀ ਹੈ। ਸਮਾਜਿਕ ਤੌਰ 'ਤੇ ਵੀ ਆਇਆ, ਮੇਰੇ ਬੜੇ ਬੰਦਿਆਂ ਨਾਲ ਇਸ ਵਿਸ਼ੇ 'ਤੇ ਗੱਲ ਹੋਈ, ਉਹ ਮੈਂ ਬੈਠਾ, ਮੈਂ ਕਿਹਾ ਵੀ ਕੀ ਗੱਲ, ਕਹਿੰਦੇ ਚੋਰੀ ਹੋ ਗਈ, ਮੈਂ ਕਿਹਾ FIR ਲੌਜ ਕਰਾਈ, ਕਹਿੰਦੇ ਜੇ ਲੌਜ ਕਰਾਵਾਂਗੇ ਜਿਹੜੇ 3 ਨੌਕਰ ਇਹ ਵੀ ਭੱਜ ਜਾਣਗੇ, ਕਹਿੰਦਾ ਪੁਲਿਸ ਨੇ ਦੌਕੇ ਇੰਨੇ ਕੋ ਮਾਰਨੇ ਆ, ਉਹਨਾਂ ਨੇ ਇਹਨਾਂ ਨੂੰ ਤੰਗ ਕਰਨਾ, ਇਹ ਸਾਡੇ ਕੋਲ ਸੁੱਤੇ ਪਏ ਸੀ, ਸਾਨੂੰ ਪਤਾ ਇੱਕ ਰਾਤ ਚੋਰੀ ਹੋ ਗਈ ਹੈ, ਇਹਨਾਂ ਦਾ ਕੋਈ ਹੱਥ ਨਹੀਂ ਹੈ, ਜੇ ਸਾਡੇ ਨੌਕਰ ਭੱਜ ਗਏ ਸਾਡਾ ਕੰਮ ਠੱਪ ਹੋ ਜਾਏਗਾ। ਓਕੇ, ਇਹ ਵੀ ਵੱਡਾ ਮਸਲਾ, ਇਹ ਵੀ ਇੱਕ ਵਜ੍ਹਾ ਹੈਗੀ ਹੈ। ਦੀਪਾ ਜੀ, ਇਸ ਮੁੱਦੇ ਨਾਲ ਜੁੜੀ ਵੀ ਗੱਲ ਜਿੱਦਾਂ ਤਰਲੋਚਨ ਜੀ ਨੇ ਵੀ ਕਹੀ ਹੈਗੀ ਹੈ, ਇਹ ਨਹੀਂ ਲੱਗਦਾ ਕਿ ਪੁਲਿਸ ਜਿਹੜੀ ਹੈਗੀ ਆ ਉਹ ਪੋਲੀਟੀਕਲ ਸਿਸਟਮ ਦੇ ਇੰਨਾ ਇਨਫਲੂਐਂਸ 'ਚ ਆ ਗਈ ਹੈ ਕਿ ਉਹ ਲੱਗਦਾ ਕਿ ਵੀ ਅਸੀਂ ਤਾਂ ਸਿਰਫ MLA ਅੱਗੇ ਜਵਾਬ ਦੇ ਹਾਂ, ਲੋਕਾਂ ਅੱਗੇ ਅਸੀਂ ਜਵਾਬ ਦੇ ਹੀ ਨਹੀਂ ਹੈ। ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਇਨਫਲੂਐਂਸ ਥੱਲੇ ਆ ਗਈ। ਪਰ ਇਹ ਗੱਲ ਲੰਬੇ ਸਮੇਂ ਤੋਂ ਹੈ, ਜਦੋਂ ਦਾ ਸ਼ਾਇਦ ਦੇਸ਼ ਆਜ਼ਾਦ ਹੋਇਆ ਹੋਣਾ ਹੈ ਉਦੋਂ ਦਾ ਹੀ ਹੋਣਾ ਹੈ। ਚਲੋ, ਥੋੜ੍ਹੇ ਪੋਲੀਟੀਕਲ ਲੀਡਰਸ ਦਾ ਉੱਥੋਂ ਦੇ SHO ਅਤੇ SSP 'ਤੇ ਅਸਰ ਹੁੰਦਾ ਹੈ ਜੀ, ਪਰ ਇਸ ਤਰ੍ਹਾਂ ਹੋਣਾ ਇਹ ਨਹੀਂ ਕਦੀ ਹੋਇਆ ਸੀ, ਮੈਂ ਜ਼ਿੰਮੇਵਾਰੀ ਨਾਲ ਕਹਿੰਦਾ, ਮੇਰੇ ਬਾਕੀ ਸਾਥੀ ਵੀ ਇਸ ਚੀਜ਼ ਨੂੰ ਮੰਨਦੇ ਹੋਣਗੇ, ਜਿੰਨਾ ਪਿਛਲੇ 8-9 ਸਾਲਾਂ ਤੋਂ ਅਕਾਲੀ ਸਰਕਾਰ ਦੇ ਵਿੱਚ ਹੋਇਆ, ਔਰ ਕਿਉਂਕਿ ਪੇਂਡੂ ਇਹਨਾਂ ਦੀ ਬੈਕਗਰਾਊਂਡ ਹੈ, ਰਾਜਨੀਤੀ ਹੈ, ਲੜਾਈ ਝਗੜੇ, ਕਿ ਜਿਹੜੇ ਸਰਪੰਚ ਦੀ SHO ਸੁਣਦਾ ਉਹਦੇ ਨਾਲ ਧੜਾ ਵੀ ਬਣਦਾ, ਉਹ ਧੜੇ ਨੂੰ ਅਗਾਂਹ ਵੋਟਾਂ 'ਚ ਵੀ ਵਰਤਿਆ ਜਾਂਦਾ, ਉਹ ਵੀ ਕਾਰਨ ਹੈ, ਪਰ ਉਹ ਇੰਨਾ ਕਰਨ ਨਾਲ ਬੜੇ ਗਲਤ ਕੰਮ ਵੀ ਉਸ ਦੇ ਵਿੱਚ ਹੋ ਜਾਂਦੇ ਹੈ, ਉਹ ਅੱਜ ਚੀਜ਼ ਉਹ ਆਪੇ ਤੋਂ ਬਾਹਰ ਹੋਈ ਖੜੀ ਹੈ। ਮੈਂ ਕਹਿੰਦਾ ਅਸੀਂ ਪੋਲੀਟੀਕਲ ਬੰਦੇ ਇੱਕ SHO ਨੂੰ ਕੰਮ ਆਪ ਗਲਤ ਕਹਾਂਗੇ, ਉਹ ਦੋ ਆਪ ਕਰੂਗਾ, ਬੜਾ ਸਿੰਪਲ ਹੈ। ਜੇ ਅਸੀਂ ਹੋਊਗਾ ਕਿ ਅਸੀਂ ਗਲਤ ਕਹਿਣਾ ਨਹੀਂ, ਉਹਨੂੰ ਵੀ ਡਰ ਰਹੂਗਾ ਕਿ ਇਹ ਗਲਤ ਕਹਿੰਦੇ ਨਹੀਂ ਪੋਲੀਟੀਕਲ ਬਹੁਤ, ਅਤੇ ਅਸੀਂ ਵੀ ਗਲਤ ਨਹੀਂ ਕਰਾਂਗੇ। ਓਕੇ, ਇਹਦੇ ਨਾਲ ਹੀ ਗੱਲ ਜੁੜ ਜਾਂਦੀ ਕਰਪਸ਼ਨ ਦੀ। ਯੈਸ, ਆਮ ਇਹ ਅਖਬਾਰਾਂ 'ਚ ਪੜ੍ਹਦੇ ਹਾਂ, ਸੁਣਦੇ ਹਾਂ ਵੀ ਜੇਲ੍ਹ 'ਚ ਅਫੀਮ ਮਿਲੀ, ਸਮੈਕ ਮਿਲੀ, ਮੋਬਾਈਲ ਮਿਲੇ। ਯੈਸ, ਤੁਸੀਂ ਹਿਸਾਬ ਲਾਓ, ਸਿੱਧੂ ਸਾਹਿਬ ਬਹੁਤ ਜ਼ਿਆਦਾ ਹੁਣ ਸ਼ਿਕੰਜਾ ਕੱਸਿਆ ਹੈ, ਜੈਂਬਰ ਲਾ ਦਿੱਤੇ ਨੇ ਵੀ ਮੋਬਾਈਲ ਚੱਲਣ ਹੀ ਨਾ। ਪਿਛਲੇ 4 ਮਹੀਨਿਆਂ 'ਚ ਪੰਜਾਬ ਦੀਆਂ ਕੁਝ ਜੇਲ੍ਹਾਂ 'ਚੋਂ 82 ਮੋਬਾਈਲ ਫੋਨ ਮਿਲੇ ਨੇ ਜੀ ਜੀ, ਉਹ ਕਿਵੇਂ ਗਏ ਨੇ? ਕਰਪਸ਼ਨ ਕਰ, ਕਰਪਸ਼ਨ ਕਰ। ਓਕੇ ਓਕੇ, ਤਰਲੋਚਨ ਜੀ, ਬੜੇ ਅਹਿਮ ਮੁੱਦੇ 'ਤੇ ਆਪਾਂ ਇਸ ਮੁੱਦੇ 'ਤੇ, ਮੈਂ ਜੇਲ੍ਹਾਂ ਬਾਰੇ ਜਿਹੜੀ ਗੱਲ ਤੁਹਾਡੇ ਨਾਲ ਦੁਬਾਰਾ ਵੀ ਆਉਣਾ। ਹੁਣ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹਨਾਂ ਮੁੱਦਿਆਂ 'ਤੇ ਵਾਪਸ ਆਉਂਦੇ ਹਾਂ। ਨਜ਼ਰੀਆ ਪ੍ਰੋਗਰਾਮ 'ਚ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਤਰਲੋਚਨ ਜੀ, ਜਿੱਦਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਇਸ ਮੁੱਦੇ 'ਤੇ ਚਰਚਾ ਕਰ ਰਹੇ ਸੀ, ਖਾਸ ਤੌਰ 'ਤੇ ਜੇਲ੍ਹਾਂ ਦੀ ਬਹੁਤ ਵੱਡੀ ਸਮੱਸਿਆ, ਜੇਲ੍ਹਾਂ ਦੇ ਅੰਦਰ ਲੜਾਈਆਂ ਵੀ ਹੁੰਦੀਆਂ, ਉੱਥੇ ਵੀ ਕਿਹਾ ਜਾਂਦਾ ਕਿ ਜਿਹੜੇ ਗੈਂਗ ਤੁਹਾਡੇ ਹੈਗੇ ਉਹ ਅੰਦਰ ਜਾ ਕੇ ਆਪਣਾ ਬਾਹਰ ਸਰਗਰਮੀਆਂ ਚਲਾਉਂਦੇ ਆ।
ਸਿੱਧ ਸਾਹਿਬ ਆ ਜਿਹੜਾ ਮਰਡਰ ਹੋਇਆ ਰੋਕੀ ਵਾਲਾ ਉਹਦੇ 'ਚ ਜਿਹੜਾ ਸਭ ਤੋਂ ਖਤਰਨਾਕ ਪਾਰਟ ਇਹੀ ਹੈ ਵੀ ਜਿਹੜੇ ਗੈਂਗ ਅੰਦਰ ਬੈਠੇ ਨੇ ਜੇਲ੍ਹ ਦੇ ਅੰਦਰ ਬੈਠੇ ਨੇ ਆਪਣੀ ਫੇਸਬੁੱਕ 'ਤੇ ਅਪਡੇਟ ਕਰਕੇ ਕਲੇਮ ਕਰ ਰਹੇ ਨੇ ਐਸ ਐਸ ਪੀ ਬਠਿੰਡਾ ਨੂੰ ਥਰੈਟ ਕਰ ਰਹੇ ਨੇ ਹੋਰ ਕਈ ਕੁਛ ਬੋਲ ਰਹੇ ਨੇ ਔਰ ਉਹਦੇ 'ਤੇ ਕਮੈਂਟਸ ਚੱਲਦੇ ਪਏ ਨੇ ਸੋ ਅੱਜ ਪੁਲਿਸ ਨੇ ਡਿਸਕਲੋਜ ਕੀਤਾ ਹੈ ਵੀ ਪਿਛਲੇ 4 ਮਹੀਨਿਆਂ 'ਚ ਸਾਰੇ ਪ੍ਰਬੰਧ ਕਰਨ ਦੇ ਬਾਵਜੂਦ 82 ਮੋਬਾਈਲ ਫੋਨ ਜੇਲ੍ਹਾਂ 'ਚੋਂ ਮਿਲੇ ਨੇ ਕਿਵੇਂ ਗਏ ਨੇ ਪੁਲਿਸ ਨੇ ਕਰੋੜਾਂ ਰੁਪਏ ਪੰਜਾਬ ਦੀਆਂ ਜੇਲ੍ਹਾਂ ਦੀ ਸਿਕਿਉਰਿਟੀ 'ਤੇ ਖਰਚ ਕੀਤੇ ਜੈਂਬਰ ਲਾਏ ਨੇ ਕਈ ਕੁਛ ਕੀਤਾ ਹੈ ਹੁਣ ਪੁਲਿਸ ਪੰਜਾਬ ਸਰਕਾਰ 14-15 ਕਰੋੜ ਰੁਪਇਆ ਖਰਚ ਕੇ ਸੀ ਸੀ ਟੀ ਵੀ ਕੈਮਰੇ ਲਾ ਰਹੀ ਹੈ ਪਰ ਬੜੀ ਦੁੱਖ ਵਾਲੀ ਗੱਲ ਹੈ ਸੀ ਸੀ ਟੀ ਵੀ ਕੈਮਰੇ ਜੈਂਬਰ ਲਾਏ ਜਾ ਰਹੇ ਨੇ ਮੋਬਾਈਲ ਅੰਦਰ ਜਾਣ ਤੋਂ ਰੋਕਣ ਲਈ ਨਸ਼ਾ ਅੰਦਰ ਜਾਣ ਤੋਂ ਰੋਕਣ ਲਈ ਪਰ ਕਰਪਸ਼ਨ ਦੂਰ ਨਹੀਂ ਹੋ ਰਹੀ ਉਹਦਾ ਕਾਰਨ ਕੀ ਹੈ ਬਹੁਤ ਵੱਡਾ ਇਸ਼ੂ ਹੈ ਸੋ ਸਾਹਿਬ ਜੇਲ੍ਹ ਦੇ ਅੰਦਰ ਜਾਣਾ 10 ਥਾਂ 'ਤੇ ਚੈਕਿੰਗ ਹੁੰਦੀ ਹੈ ਤੁਹਾਡਾ ਹਰ ਕੁਛ ਫਰੋਲ ਦਿੰਦੇ ਨੇ ਹੁਣ ਤਾਂ ਪੋਜੀਸ਼ਨ ਇਹ ਵੀ ਕੱਪੜੇ ਤੱਕ ਹੀ ਲਵਾ ਦਿੰਦੇ ਨੇ ਓਕੇ ਇਹਦੇ ਬਾਵਜੂਦ ਜੇ ਮੋਬਾਈਲ ਜਾਂਦਾ ਤਾਂ ਉੱਪਰੋਂ ਤਾਂ ਉੱਡ ਕੇ ਆਉਂਦਾ ਨਹੀਂ ਕਰਪਸ਼ਨ ਦਿੱਤੀ ਕਿਸੇ ਅਫਸਰ ਨੂੰ ਕਿਸੇ ਮੁਲਾਜ਼ਮ ਨੂੰ ਪੈਸੇ ਦਿੱਤੇ ਉਹਨੇ ਮੋਬਾਈਲ ਫੜਾ ਤਾ ਜੀ ਜੀ ਸੋ ਇਹ ਪੰਜਾਬ 'ਚ ਜਿਹੜਾ ਕਰਪਸ਼ਨ ਦੀ ਜੜ ਇੰਨੀ ਜ਼ਿਆਦਾ ਫੈਲੀ ਹੈ ਵੀ ਜੇਲ੍ਹ ਦੇ ਵਿੱਚ ਕੁਛ ਵੀ ਜਾ ਸਕਦਾ ਜੇ ਪਿਛਲੇ ਸਮੇਂ ਜੇਲ੍ਹ 'ਚੋਂ ਮੋਬਾਈਲ ਮਿਲੇ ਅਫੀਮ ਮਿਲੀ ਸਮੈਕ ਮਿਲੀ ਲਗਜ਼ਰੀ ਦਾ ਸਮਾਨ ਮਿਲਿਆ ਵਾਅਦਾ ਕਰਦੇ ਆ ਕਿ ਜੇਲ੍ਹਾਂ ਦੇ ਅੰਦਰ ਵੱਡੀਆਂ ਵੱਡੀਆਂ ਲੜਾਈਆਂ ਵੀ ਹੋਈਆਂ ਲੜਾਈਆਂ ਹੋਈਆਂ ਐਮਰਜੈਂਸੀਆਂ ਡਿਕਲੇਅਰ ਜੇਲ੍ਹ ਦੇ ਅੰਦਰ ਗੈਂਗ ਬਣੇ ਨੇ ਗੈਂਗ ਬਣੇ ਜੀ ਜੀ ਗੈਂਗ ਬਣੇ ਨੇ ਜੇਲ੍ਹ ਦੇ ਓਕੇ ਜੀ ਦੀਪਾ ਜੀ ਇਸ ਮੁੱਦੇ ਤੇ ਜਿਹੜੇ ਖਾਸ ਤੌਰ ਤੇ ਆਪਾਂ ਜਦੋਂ ਜੇਲ੍ਹ ਦੀ ਗੱਲ ਕਰਦੇ ਆ ਕਿ ਜੇਲ੍ਹ 'ਚ ਜਿਸ ਤਰ੍ਹਾਂ ਮੋਬਾਈਲ ਚੱਲ ਰਿਹਾ ਨੈਟ ਦੀਆਂ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਕਿਤੇ ਨਾ ਕਿਤੇ ਤਾਂ ਸਿਸਟਮ ਤੇ ਸਰਕਾਰਾਂ ਜਾਂ ਪੋਲੀਟੀਕਲ ਸੈਟਅਪ ਇਹਦੇ ਲਈ ਜ਼ਿੰਮੇਵਾਰ ਹੈ ਕਿ ਜੇਲ੍ਹਾਂ ਦੇ ਅੰਦਰ ਵੀ ਅਸੀਂ ਕੰਟਰੋਲ ਨਹੀਂ ਕਰ ਸਕਦੇ ਤਾਂ ਬਾਹਰ ਕੀ ਕਰਾਂਗੇ ਬਿਲਕੁਲ ਜਗਤਾਰ ਜੀ ਮੈਂ ਕਹਿੰਦਾ 100% ਨਹੀਂ ਤਾਂ 99% ਪੋਲੀਟੀਕਲ ਸਾਡੀ ਲੀਡਰਸ਼ਿਪ ਸਾਡੀ ਸਰਕਾਰ ਹੈ ਇਸ ਲਈ ਜ਼ਿੰਮੇਵਾਰ ਹੈ ਬਿਲਕੁਲ ਜ਼ਿੰਮੇਵਾਰ ਹੈ 5-4 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਆਪਣੀ ਸਾਰੇ ਆਪਣੇ ਜਿਹੜੇ ਪੁਲਿਸ ਆਫੀਸ਼ਲਸ ਹੈ ਉਹਨਾਂ ਦੀ ਜਿਹੜੀ ਮੀਟਿੰਗ ਲਈ ਜਿਸ ਤਰ੍ਹਾਂ ਉਹਨਾਂ ਨੇ ਹਦਾਇਤਾਂ ਦਿੱਤੀਆਂ ਮੈਂ ਸਮਝਦਾ ਪਿਛਲੇ 9 ਸਾਲਾਂ ਦੇ ਹੋਮ ਮਿਨਿਸਟਰ ਹੈ ਪਿਛਲੇ 9 ਸਾਲਾਂ 'ਚ ਉਹੋ ਜਿਹੀਆਂ ਹਦਾਇਤਾਂ ਨਹੀਂ ਦਿੱਤੀਆਂ ਜੀ ਪਾਰਲੀਮੈਂਟ 'ਚ ਇਲੈਕਸ਼ਨ ਵੀ ਹਾਰੇ ਵੇਖ ਰਿਹਾ ਸੀ ਕਿਸ ਕਰਕੇ ਲੋਕਾਂ ਦਾ ਗੁੱਸਾ ਹੈ ਉਦੋਂ ਵੀ ਇਹੋ ਜਿਹੀਆਂ ਹਦਾਇਤਾਂ ਸਾਨੂੰ ਵੀ ਸ਼ੀਸ਼ਾ ਦੋ ਸਰਕਾਰ ਦੇ ਕੰਨ ਖੁੱਲ੍ਹੇ ਵੀ ਆਪਾਂ ਹੁਣ ਹੀ ਆਪਦਾ ਠੀਕ ਕਰ ਲਈਏ ਹੁਣ 9 ਸਾਲ 9 ਸਾਲ 9.5 ਸਾਲ ਹੋ ਰਹੇ ਹੈ ਹੁਣ ਸ਼ਾਇਦ ਇਹ ਹੈ ਕਿ 900 ਚੂਹੇ ਖਾ ਕੇ ਬੀਜੀ ਬਿੱਲੀ ਹਲ ਹੱਜ ਕੋ ਚਲੀ ਉਹ ਜੀ ਕਹਾਵਤ ਹੈ ਕਿ ਅਸੀਂ ਹੁਣ 5-4 ਮਹੀਨੇ ਥੋੜ੍ਹਾ ਚੰਗੀ ਐਡਮਿਨਿਸਟ੍ਰੇਸ਼ਨ ਵਹਾ ਕੇ ਲੋਕਾਂ ਤੋਂ ਫਿਰ ਉਹ ਜਿਹਾ ਕਰ ਲਾਂਗੇ ਮੈਂ ਕਹਿੰਦਾ ਬਿਲਕੁਲ ਸਾਡੀਆਂ ਪੋਲੀਟੀਕਲ ਪਾਰਟੀਆਂ ਲੀਡਰਸ਼ਿਪ ਸਰਕਾਰ ਬਿਲਕੁਲ ਜ਼ਿੰਮੇਵਾਰ ਹੈ ਨਹੀਂ ਤਾਂ ਮੈਂ ਸਮਝਦਾ ਇੱਕ SHO ਆਪਾਂ ਮਾੜੇ ਹਾਲਾਤਾਂ 'ਚ ਵੇਖਿਆ ਜਦੋਂ ਅੱਤਵਾਦ ਸੀਗਾ ਇੱਕ ਚੰਗਾ SSP ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਤਾ ਚੱਲਦਾ ਸੀ ਚੰਡੀਗੜ੍ਹ ਦਾ SSP ਬਣ ਗਿਆ ਇੱਥੋਂ ਵਾਲਾ ਅੱਤਵਾਦ ਖਤਮ ਹੋ ਜਾਂਦਾ ਸੀ ਵੀ ਜਿੰਨਾ ਚਿਰ SSP ਇੱਥੇ ਨਾ ਕਰੋ ਨਾਲ ਦੇ ਹਲਕੇ 'ਚ ਆਪਦਾ ਗੜਬੜੀ ਕਰ ਲਓ ਜਿਹੜਾ SHO ਤਗੜਾ ਹੋਊਗਾ ਬਿਲਕੁਲ ਮੈਂ ਤੁਹਾਨੂੰ ਟੋਕ ਕੇ ਕਹਿ ਰਿਹਾ ਕਿ ਨੀਅਤ ਨਹੀਂ ਸਹੀ ਹੈਗੀ ਸਰਕਾਰ ਉਹ ਖੜਕੂਆ ਦਾ ਦੌਰ ਹੀ ਸੀ ਜਦੋਂ ਚੰਡੀਗੜ੍ਹ ਦੀ ਜੇਲ੍ਹ 'ਚੋਂ ਅੰਦਰੋਂ ਸੁਰੰਗ ਲਾ ਕੇ ਵੀ ਜਿਹੜੇ ਹੈਗੇ ਆ ਖੜਕੂ ਬਾਹਰ ਚਲੇ ਗਏ ਠੀਕ ਆਉਂਦੇ ਜੀ ਕੋਈ ਨਾ ਕੋਈ ਰਲਿਆ ਮਿਲਿਆ ਹੋਊਗਾ ਮੈਂ ਨਹੀਂ ਕਹਿੰਦਾ ਬਿਲਕੁਲ ਜੇ ਸਰਕਾਰ ਦੀ ਲੀਡਰਸ਼ਿਪ ਦੀ ਅਫਸਰਾਂ ਦੀ ਕਮਿਟਮੈਂਟ ਹੈ ਨੀਅਤ ਸਾਫ਼ ਹੈ ਮੈਂ ਨਹੀਂ ਸਮਝਦਾ ਇੰਨਾ ਕ੍ਰਾਈਮ ਵਾਜੇ ਇੰਨਾ ਕੁਝ ਜੇਲ੍ਹਾਂ ਦੇ ਵਿੱਚ ਇੰਨੇ ਮੋਬਾਈਲ ਪਹੁੰਚ ਜਾਣ ਬਿਲਕੁਲ ਜ਼ਿੰਮੇਵਾਰੀ ਸਾਡੀ ਲੀਡਰਸ਼ਿਪ ਹੈ ਓਕੇ ਓਕੇ ਤੁਸੀਂ ਸੁਰਿੰਦਰ ਜੀ ਕੀ ਕਹਿਣਾ ਚਾਹੁੰਦੇ ਕਿ ਇਹਦੇ ਲਈ ਸਿਰਫ ਅਕਾਲੀ ਦਲ BJP ਜ਼ਿੰਮੇਵਾਰ ਹੈ ਜਾਂ ਪਿਛਲੀਆਂ ਸਰਕਾਰਾਂ ਵੀ ਜੋ ਜੇਲ੍ਹਾਂ ਦਾ ਇਸ ਵੇਲੇ ਅਕਸ ਵਿਗੜਿਆ ਨਹੀਂ ਸਿੱਧੂ ਸਾਹਿਬ ਉਹ ਇੱਕ ਕਿਸੇ ਇੱਕ ਸਰਕਾਰ ਨੂੰ ਤਾਂ ਮੈਂ ਪਹਿਲਾਂ ਤੋਂ ਕਹਿ ਰਿਹਾ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਦੋਸ਼ੀ ਸਾਰੇ ਨੇ ਕੋਈ ਵੀ ਕ੍ਰਾਈਮ ਅੱਜ ਨਹੀਂ ਹੋਇਆ ਸ਼ੁਰੂ ਤੋਂ ਚੱਲਿਆ ਆ ਰਿਹਾ ਦੂਸਰੀ ਗੱਲ ਰਹੀ ਜਿੱਥੋਂ ਤੱਕ ਦੀ ਹੈ ਪਿਛਲੀਆਂ ਸਰਕਾਰਾਂ ਦੀ ਲਾ ਲਓ ਜੇਲ੍ਹ ਡਿਪਾਰਟਮੈਂਟ ਦੀ ਲਾ ਲਓ ਸਿਸਟਮ ਤਾਂ ਪਿੱਛੋਂ ਵਿਗੜਿਆ ਤੁਰਿਆ ਆ ਰਿਹਾ ਇੱਕ ਨੂੰ ਕਹੋ ਵੀ ਅੱਜ ਹੀ ਕਰ ਦਿਓ ਜੇ ਕੈਂਸਰ ਹੋਈ ਹੋਵੇ ਤਾਂ ਕੈਂਸਰ ਜਿਹੜੀ ਆ ਉਹ ਅੱਜ ਦੀ ਨਹੀਂ ਹੈ ਕਿਉਂਕਿ ਦੀਪਾ ਜੀ ਸਾਰੀ ਗੱਲ ਕਹਿ ਰਹੇ ਕਿ ਅਕਾਲੀ ਦਲ BJP ਮੈਂ ਇਹਦੇ ਨਾਲ ਸਹਿਮਤ ਨਹੀਂ ਦੂਜੀ ਗੱਲ ਮੈਂ ਦੀਪਾ ਜੀ ਦੀ ਇੱਕ ਦੀਪਾ ਜੀ ਕਹਿੰਦੇ ਬੜਾ ਵਧੀਆ ਪੁਲਿਸ ਅਫਸਰ ਸੀ ਉਹਨੂੰ ਜ਼ਿਲ੍ਹੇ ਦਾ SSP ਲਾ ਦੋ ਸੁਧਰ ਜਾਂਦਾ ਸੋ ਸਾਰਾ ਜ਼ਿਲ੍ਹਾ ਸੁਧਰ ਜਾਂਦਾ ਸੀ ਉਹਦਾ ਕਾਰਨ ਕੀ ਸੀ ਉੱਥੋਂ ਦਾ ਪੁਲਿਸ ਨੂੰ ਵੱਡੇ ਹੱਥ ਪਏ ਕਿ ਭਾਈ ਮਾਇਆ ਇਕੱਠੀ ਕਿੱਦਾਂ ਕਰਨੀ ਆ ਉੱਥੋਂ ਪਏ ਉਹ ਕੁਛ ਅੱਜ ਆਉਂਦਾ ਨਹੀਂ ਅਤੇ ਅੱਜ ਆਹ ਕੁਛ ਸ਼ੁਰੂ ਕਰ ਲਿਆ ਆਦਤ ਕਿੱਥੋਂ ਪਈ ਆਦਤ ਉੱਥੋਂ ਪਈ ਹੈ ਕਿ ਪੁਲਿਸ ਵਾਲਿਆਂ ਨੇ ਜਿਹੜੀ ਕਰਪਸ਼ਨ ਕਰ ਲਈ ਉਹਨੂੰ ਕੋਈ ਚੈਲੇਂਜ ਕਰਨ ਵਾਲਾ ਹੈ ਨਹੀਂ ਜਦੋਂ ਉਹ ਕੁਛ ਸ਼ੁਰੂ ਹੋ ਗਿਆ ਉਹ ਹੁਣ ਹੋਰ ਤਾਂ ਕਿਤੋਂ ਲੱਭਦਾ ਨਹੀਂ ਹੁਣ ਅੱਤਵਾਦ ਦੇ ਨਾਂ ਤੇ ਤਾਂ ਕਿਸੇ ਨੂੰ ਠੱਗ ਨਹੀਂ ਸਕਦੇ ਠੱਗਣਾ ਕਾਹਦੇ ਨਾਂ ਤੇ ਆ ਮੈਂ ਤਾਂ ਆਪ ਕਹਿੰਦਾ ਕਿ ਬੜੀ ਕਰਪਸ਼ਨ ਹੈ ਇਸ ਗੱਲ ਦਾ ਤੁਸੀਂ ਜੀ ਠੱਗਣਾ ਕਿਹਦੇ ਨਾਂ ਤੇ ਆ ਅੱਜ ਦੇ ਪੁਲਿਸ ਵਾਲੇ ਅੱਜ ਦੇ ਲੀਡਰ ਅਸੀਂ ਕਰਪਟ ਆ ਨਹੀਂ ਪਰ ਦੀਪਾ ਜੀ ਕਹਿੰਦੇ ਕਿ ਪਿਛਲਾ ਸਿਸਟਮ ਵੀ ਕਰਪਟ ਹੈ ਦੇਖੋ ਚਲੋ ਜੇ ਪਿਛਲਿਆਂ ਨੇ
जिम्मेवारी तो सिद्धू साहब कोई नहीं भर सकता, जिम्मेवारी साहब नूं लेनी पड़ेगी। सुधार करना पड़ेगा। थैंक यू वेरी मच तनु सिंह जी। जिदा तुसीं पहला एक कमेंट्स किए कि 200 करोड़ रुपया जो डी जी पी कह रहा है कि असी सिस्टम सुधारांगे, सानू लगता है कि जिदा 2017 दी इलैक्शन जिदा दीपा जी ने कह रहा कि हुण इलैक्शन के मद्देनज़र जिहड़े इदां दे सुधार किए जा रहे, ये 200 करोड़ रुपए के नाल लगता है कि अगले 8-10 महीनों के अंदर पंजाब दे विच पुलिस के अंदर कोई इनकलाबी तब्दीलियां आ जाणगियां? सिद्धू साहब इलैक्शन जिहड़े आ के कोई भी सरकार होवे कांग्रेस की बीजेपी के अकाली दल उहदियां मजबूरियां होंदियां, उन्हां नूं अपना चेहरा बड़ा पॉलिश करके लियाउणा पैंदा। जिवें दीपा जी ने कहा भी सुखबीर बादल होना की कहा जी, करप्शन बिल्कुल नहीं करनी, नहीं जिहड़े भी गैंगस्टर है भी नशे दे मास ज्यादा उन्होंने कहा भी कोई गैंगस्टर एक्टिव होए है, एक्टिव होए है ओ जे जिहड़े आर्डर दित्ते है ना, मेरा कहना पहला अज तक नहीं शायद ओ जी उन्होंने गल की, मैं सुनया सुखबीर होना ने गल मान ली भी पहलों पुलिस एक्टिव नहीं सी, इहनूं ते आपां इंज लै लईए ना। सो साहब इह इलैक्शन आउणियां हुण, इहनां नूं दिसणा भी साडे थल्ले कुर्सियां निकल रहियां ने, फिर इन्होंने बड़े वधिया शब्दबाज दिखाने ने। पंजाब पुलिस 75,000 मुलाजम ने पंजाब पुलिस और 7,000 होर भर्ती कर रहे हैं और बड़ी बेस्ट पुलिस है, और बेस्ट पुलिस मैं इदा कहना भी हुण इन्हां कोल टैक आधुनिक तकनीकां नाल लैस ने, गड्डियां ने, सारा कुछ है, और ये बावजूद जे इदा का क्राइम हुंदा फिर मैं उत्थे आउंदा, क्राइम पुलिस ही कराउंदी है। ओके मैं कहना स्ट्रीट क्राइम जिहड़ा पुलिस करवा रही है, एक नशेड़ी ओदी जुर्त किवें पै जाए भी चेन खर्च किवें भर जाए, तो लभे ही ना स्नैचर, लभण ही ना 100 स्नैचिंग होण पंजाब च ते केस रजिस्टर्ड होण 5, इहदा मतलब 95 बंदिआं नूं। ओके ओके जी जी तलोजन जी थैंक यू वेरी मच। दीपा जी इस मुद्दे ते मैं कई भी क्वेश्चन जानना चाहना कि जिदां सारी स्थिति पुलिस करवाउंदी है, जिम्मेवारी बनदी है, आखिर समाजिक तौर ते जां साडे कायदा कानून भी हैगा, ये जो दबाव बनाए जाने लगता नहीं कि सारा कुछ सिस्टम ठीक करने के लिए कोई रोल निभाया जा सकता है, जो साडा समाज ते कानून जिहड़ा नूं अमल च लिया जाए? नहीं देखो तो 5 साल बाद इलेक्शन होना है, वह तो लोगों ने आपदा वोटा पा के दसना ही है, जिम्मेवारी साडे लीडरशिप की और उनकी बनती है। और अज तुसीं वेखोगे मैं समझा 50% जिहड़ी पुलिस है थाणियां च ना हो के VIP की सिक्योरिटी तो VIP के फंक्शन अटेंड करन वास्ते या जेड़े वड्डे परिवार है पोलिटिकल उन्हां दी रख्या लई सड़कां दे उत्ते खड़ी रहिंदी है, उह जिहा लॉ एंड आर्डर तो है ही नहीं, थाने तो खाली हुंदे है, उत्थे लोड पै जाए उत्थे कोई मिलदा नहीं। सो इस वास्ते समाजिक तौर पर भी साडियां जिम्मेवारियां बनदियां, पर सब तो पहला आपदी नीयत होनी चाहिए है लीडरशिप की कि असी इस नूं ठीक करना है, तो सर्टनली उस चीज़ का असर थले पएगा जिस दिन असी नीयत बना ली। ओके ओके जिदा इन्होंने कहा सुरिंदर जी लगता है कि इलैक्शन ही इन्होंने मसलों का एक एक हल है, जां समाजिक तौर पर भी लोगों चेतन होने की लोड़ पेगी? लोग सुधारनगे, इलैक्शन कोई हल नहीं, इलैक्शन तो सरकार गई नवी आई, SHO भी उही ने, DSP भी उही, SSP भी उही ने, सिर्फ जिला चेंज होएगा। ओके वो सारा कुछ उही है, वो तो सिर्फ जिला चेंज होएगा, जिहड़ा कांग्रेस की वारी पटियाले अकालिया की वारी वह संगरूर चलेगा, संगरूर वाले पटियाले आ जाएंगे, SHO उही ने, DSP उही आ, SSP उही है। ओके ओके दीपा जी बिल्कुल एक लाइन एक लाइन एक लाइन SHO नूं पता होगा कि मेरा होम मिनिस्टर केड़ा है, मेरा चीफ मिनिस्टर केड़ा है, मैनू वह की हिदायतां दिंदा, मैनू किन्ने माड़े चंगे वह कम कहिंदा, मैं उन्हां दे मुताबक किवें कम करना है। बिल्कुल मैं कहना उही SHO रहने, उही SSP रहने हैं, पर उन्हां दी वर्किंग च फर्क पै जू जे उत्तों लीडरां दी वर्किंग दी सोच दा फर्क पऊगा कि असीं इन्हां आपदे जिहड़े SHO DSP तों इहो जिहा कम लैणा उहो जिहा कम दे देणगे। ओके ओके बिल्कुल इक लाइन दा कमेंट तलो सिंह जी कि 2017 दीआं इलैक्शनज ही सारे मसले दा हल है। जिवें इन्होंने कहा इलैक्शन मसले का हल नहीं गा, इन्होंने गल कही है, इन्हों की गल तो मैं प्रवृत्ते रहना भाई, नीत जे साड़ी साफ होगी तो पंजाब चो क्राइम एकदम ही साफ हो जाए, CM होम मिनिस्टर जाए तो ये ठीक है, एकदम तो नहीं होंगे, पर यह सिद्धू साहब एक सैकंड मैं कहना ही चाहता, पंजाब के लोग जड़े ने स्नैचिंग होने तो बाद चोरी होने तो बाद जो बंदा फड़िया भी जाए गवाही देन नहीं जाते, छोटे छोटे क्रिमिनल नहीं जाते, उन्होंने पुलिस ने प्रोटेक्ट ही नहीं करना। जी जी थैंक यू वेरी मच।
ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਹੜੀ ਦੋ ਪੜਾਵੀ ਚਰਚਾ ਕੀਤੀ ਹੈ, ਖਾਸ ਤੌਰ 'ਤੇ ਜਿਹੜੇ ਪੰਜਾਬ ਦੇ ਗੈਂਗਸਟਰ ਗਰੁੱਪ ਹੈਗੇ ਆ, ਉਹ ਆਪਣੇ ਆਪ ਦੇ 'ਚ ਇੱਕ ਬਹੁਤ ਵੱਡੀ ਚੁਣੌਤੀ ਹੈ। ਗੈਂਗ ਗਰੋਹ ਦਾ ਨੇਤਾ ਰੋਕੀ ਦੇ ਮਾਰੇ ਜਾਣ ਦੇ ਨਾਲ ਪੰਜਾਬ ਦਾ ਇੱਕ ਕੁਰੂਪ ਚਿਹਰਾ ਉੱਭਰ ਕੇ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਅਪਰਾਧੀ, ਪੁਲਿਸ ਅਧਿਕਾਰੀ ਅਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਰਾਸ਼ਟਰੀ ਪਾਰਟੀਆਂ ਦੇ ਕੁਝ ਆਗੂ, ਉਹ ਇੱਕ ਦੂਜੇ ਦੇ ਕਿੰਨਾ ਨੇੜੇ ਆ ਗਿਆ। ਸਮੇਂ ਦੀ ਗੱਲ ਹੈ ਕਿ ਇੱਕ ਅਪਰਾਧੀਆਂ ਅਤੇ ਸਿਆਸਤਦਾਨਾਂ ਦੇ 'ਚ ਇੱਕ ਜਿਹੜਾ ਪਾੜਾ ਘੱਟੋ ਘੱਟ ਰਹਿਣਾ ਚਾਹੀਦਾ ਸੀ, ਉਹ ਅੱਜ ਪਾੜਾ ਬਹੁਤ ਘੱਟ ਗਿਆ, ਜਿੱਦਾਂ ਸਾਡੇ ਮਹਿਮਾਨਾਂ ਦੀ ਵੀ ਰਿਹਾ। ਲੋੜ ਇਸ ਗੱਲ ਦੀ ਹੈ ਕਿ ਸਮਾਜਿਕ ਤੌਰ 'ਤੇ ਅਤੇ ਕਾਨੂੰਨੀ ਤੌਰ 'ਤੇ ਇੱਕ ਦਬਾਅ ਬਣਾਇਆ ਜਾਏ ਤਾਂ ਕਿ ਜਿਹੜਾ ਇੱਕ ਨਾਪਾਕ ਗੱਠਜੋੜ ਹੈ ਇਸਦਾ ਪਰਦਾ ਫਾਸ਼ ਹੋ ਸਕੇ, ਨਹੀਂ ਤਾਂ ਹਾਲ ਦੀ ਘੜੀ ਇਸ ਹਮਾਮ 'ਚ ਸਾਰੇ ਨੰਗੇ ਆ। ਇਹਨਾਂ ਮੁੱਦਿਆਂ 'ਤੇ ਚਰਚਾ 'ਚ ਆਉਣ ਦੇ ਲਈ ਮੈਂ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ, ਔਰ ਆਪਣੇ ਦਰਸ਼ਕਾਂ ਦੇ ਲਈ ਰਹਿ ਹੈ ਕਿ ਇਹਦੇ ਬਾਰੇ ਤੁਸੀਂ ਕੋਈ ਵੀ ਆਪਣੀ ਜਿਹੜੀ ਰਾਏ ਦੇਣੀ ਹੋਵੇ, ਸਾਡੇ ਪ੍ਰੋਗਰਾਮ ਦਾ ਪਤਾ ਹੈ ਜਗਤਾਰ ਸਿੱਧੂ @globalpunjabtv.com।